ਮੇਰੇ ਜਿਹੜੇ ਡੈਡੀ ਨੇ ਮਦਰਾਈ ਨੇ ਅਤੇ ਉਹ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀ। ਜਦੋਂ ਮੈਂ ਹੋਸ਼ ਸੰਭਾਲੀ ਆਪਣੀ ਅਤੇ ਇਹਨਾਂ ਦੀ ਮੇਰੇ 'ਤੇ ਮਤਲਬ ਕਿ ਨੀਤ ਮਾੜੀ ਹੋਣ ਲੱਗੀ। ਪਿਤਾ ਜੇ ਇਸ ਤਰ੍ਹਾਂ ਦਾ ਰੱਬ ਦਾ ਰੂਪ ਹੁੰਦਾ ਤਾਂ ਕਿਸੇ ਨੂੰ ਮਹਾਰਾਜ ਰੱਬ ਦਾ ਰੂਪ ਦੇਵੇ ਹੀ ਨਾ। ਇਹ ਜਿਉਂ ਜਿਉਂ ਜਵਾਨ ਹੁੰਦੀ ਗਈ ਇਹਨਾਂ ਦੇ ਪਾਪਾ ਦੀਆਂ ਹਰਕਤਾਂ ਇਹੋ ਜਿਹੀਆਂ ਕਿ ਇਹਨਾਂ 'ਤੇ ਮਤਲਬ ਨੀਤ ਮਾੜੀ ਹੁੰਦੀ ਗਈ, ਬੜੇ ਜ਼ੁਲਮ ਸਹਿ। ਅੰਮ੍ਰਿਤਸਰ ਪੁਲਿਸ ਨੇ ਬੇਟੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਮਤਰੇ ਪਿਤਾ ਦੇ ਖਿਲਾਫ ਕੇਸ ਦਰਜ ਕੀਤਾ। ਪੀੜਤਾ ਦੇ ਪਿਤਾ ਦੀ 16 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਨੇ ਅੰਗਰੇਜ਼ ਸਿੰਘ ਨਾਲ ਦੁਬਾਰਾ ਵਿਆਹ ਕਰਵਾ ਲਿਆ। ਅੰਗਰੇਜ਼ ਸਿੰਘ ਲੰਬੇ ਸਮੇਂ ਤੋਂ ਆਪਣੀ ਮਤਰਾਈ ਧੀ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਇਸ ਤੋਂ ਬਾਅਦ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਅਤੇ ਉਸਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਮੇਰੇ ਜਿਹੜੇ ਡੈਡੀ ਨੇ ਮਤਰਾਈ ਨੇ ਅਤੇ ਉਹ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀ ਕਿਉਂਕਿ ਮੇਰੇ ਪਹਿਲੇ ਪਾਪਾ ਦੀ ਡੈਥ ਹੋਣ ਤੋਂ ਬਾਅਦ ਮੇਰੀ ਮੰਮੀ ਨੂੰ ਕੋਈ ਸਹਾਰਾ ਚਾਹੀਦਾ ਸੀ। ਉਹਨਾਂ ਨੇ ਇਹਨਾਂ ਨਾਲ ਮਤਲਬ ਕਿ ਇਹਨਾਂ ਦਾ ਵਿਆਹ ਹੋਇਆ ਜਦੋਂ ਅਤੇ ਮੈਂ 1.25 ਮਹੀਨੇ ਦੀ ਸੀ ਅਤੇ ਹਾਂਜੀ ਅਤੇ ਜਦੋਂ ਮੇਰਾ ਮੰਮਾ ਦਾ ਵਿਆਹ ਹੋਇਆ ਅਤੇ ਮੈਂ ਇਹਨਾਂ ਦੇ ਘਰ ਆਈ। ਇਹਨਾਂ ਨੇ ਮੈਨੂੰ ਛੋਟੀ ਹੁੰਦੀ ਨੂੰ ਪਾਲਿਆ ਵਾ ਅਤੇ ਬਾਅਦ 'ਚੋਂ ਜਦੋਂ ਮੈਂ ਹੋਸ਼ ਸੰਭਾਲੀ ਆਪਣੀ ਅਤੇ ਇਹਨਾਂ ਦੀ ਮੇਰੇ 'ਤੇ ਮਤਲਬ ਕਿ ਨੀਤ ਮਾੜੀ ਹੋਣ ਲੱਗੀ। ਪਾਪਾ ਦਾ ਨਾਮ ਅੰਗਰੇਜ਼ ਸਿੰਘ। ਪਿਤਾ ਜੇ ਇਸ ਤਰ੍ਹਾਂ ਦਾ ਰੱਬ ਦਾ ਰੂਪ ਹੁੰਦਾ ਤਾਂ ਕਿਸੇ ਨੂੰ ਮਹਾਰਾਜ ਰੱਬ ਦਾ ਰੂਪ ਦੇਵੇ ਹੀ ਨਾ। ਹਾਂਜੀ, ਮਾਮਲਾ ਦਰਜ ਹੋ ਚੁੱਕਾ ਨਾ ਅਤੇ ਪਰਚਾ ਹੋ ਚੁੱਕਾ। ਆਪਾਂ ਹਰਿਮੰਦਰ ਸਾਹਿਬ ਜਦੋਂ ਘਰ ਮੰਮਾ ਨੇ ਇਹਨਾਂ ਨੇ ਮਾਰਿਆ, ਆਪਾਂ ਹਰਿਮੰਦਰ ਸਾਹਿਬ ਗਏ, ਉੱਥੇ ਬੈਠੇ ਸੀ। ਉੱਥੋਂ ਸਾਨੂੰ ਇੱਕ ਸੇਵਾਦਾਰ ਨੇ ਦੱਸਿਆ ਬੀਬੀ ਮਨਜੀਤ ਕੌਰ ਦੇ ਬਾਰੇ, ਏਕ ਨੂਰ ਚੈਰੀਟੇਬਲ ਟਰੱਸਟ ਪਿੰਡ ਬੋੜੂ ਚਬਾਲ ਰੋਡ 'ਤੇ, ਅਤੇ ਉਹਨਾਂ ਨੇ ਸਾਨੂੰ ਉਹਨਾਂ ਦਾ ਕਾਰਡ ਦਿੱਤਾ। ਆਪਾਂ ਉਹਨਾਂ ਨੂੰ ਫੋਨ ਕੀਤਾ, ਉਹ ਸਾਨੂੰ ਲੈ ਕੇ ਆਏ ਇੱਥੇ ਟਰੱਸਟ ਦੇ ਵਿੱਚ। ਫਿਰ ਉਹਨਾਂ ਨੇ ਆਰਡਰਾਂ 'ਤੇ ਸਾਨੂੰ ਰੱਖਿਆ ਅਤੇ ਫਿਰ ਉਹਨਾਂ ਨੇ ਸਾਡੀ ਸਹਾਇਤਾ ਕੀਤੀ, ਇਹ ਪਰਚਾ ਦਰਜ ਹੋਇਆ। ਪ੍ਰਸ਼ਾਸਨ ਕੋਲੋਂ ਆਪਾਂ ਇਹ ਮੰਗ ਕਰਦੇ ਹਾਂ ਕਿ ਜੋ ਵੀ ਕੋਈ ਮੇਰੀ ਭੈਣ ਜਾਂ ਕੋਈ ਵੀ ਮੇਰੀ ਮਾਤਾ ਇਸ ਤਰ੍ਹਾਂ ਕੋਈ ਗਲਤ ਹਰਕਤਾਂ ਜੋ ਕੋਈ ਬਰਦਾਸ਼ਤ ਕਰ ਰਹੇ, ਕੋਈ ਤਰ੍ਹਾਂ ਫਸੇ ਆ, ਉਹ ਹਿੰਮਤ ਕਰਨ ਅਤੇ ਸਾਹਮਣੇ ਆਉਣ ਅਤੇ ਆਪਣੀ ਜੋ ਜੰਗ ਹੈ ਉਹ ਲੜਨ। ਮੇਰੇ ਪਹਿਲੀ ਪਤੇ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ। ਮੇਰੀ ਇੱਕ ਬੇਟੀ ਸੀ, ਦੂਸਰੀ ਸ਼ਾਦੀ ਮੈਂ ਇਸ ਲਈ ਕੀਤੀ ਕਿ ਚਲੋ ਇਨਸਾਨ ਦਾ ਬੰਦੇ ਦਾ ਘਰ ਵਿੱਚ ਹੋਣਾ ਜ਼ਰੂਰੀ ਹੁੰਦਾ ਹੈ, ਚਲੋ ਬੇਟੀ ਨੂੰ ਵੀ ਸਹਾਰਾ ਮਿਲੇਗਾ। ਅਤੇ ਇਹ ਜਿਉਂ ਜਿਉਂ ਜਵਾਨ ਹੁੰਦੀ ਗਈ ਇਹਨਾਂ ਦੇ ਪਾਪਾ ਦੀਆਂ ਹਰਕਤਾਂ ਇਹੋ ਜਿਹੀਆਂ ਕਿ ਇਹਨਾਂ 'ਤੇ ਮਤਲਬ ਨੀਤ ਮਾੜੀ ਹੁੰਦੀ ਗਈ, ਬੜੇ ਜ਼ੁਲਮ ਸਹਿ। ਫਿਰ ਬੇਟੀ ਨੇ ਮੈਨੂੰ ਦੱਸਿਆ, ਫਿਰ ਮੈਂ ਰੋਕਣ ਲੱਗੀ ਤਾਂ ਮੈਨੂੰ ਵੀ ਮਾਰ ਕੁਟਾਈ ਕਰਦੇ ਆ। ਉਸ ਤੋਂ ਬਾਅਦ ਇਸ ਤਰ੍ਹਾਂ ਹੀ ਮਤਲਬ ਅਸੀਂ ਫਿਰ ਭੱਜ ਕੇ ਜਾਨ ਬਚਾਈ, ਹਰਿਮੰਦਰ ਸਾਹਿਬ ਚਲੇ ਗਏ। ਉੱਥੇ ਫਿਰ ਅਸੀਂ ਬੈਠੇ ਸੀ ਅਤੇ ਸਾਨੂੰ ਕਿਸੇ ਸੇਵਾਦਾਰ ਨੇ ਇਹਨਾਂ ਦੇ ਬੀਬੀ ਜੀ ਨੇ ਬਾਰੇ ਦੱਸਿਆ ਅਤੇ ਉਹਨਾਂ ਕਾਰਡ ਦਿੱਤਾ। ਫਿਰ ਸਾਨੂੰ ਇੱਥੇ ਮਤਲਬ ਲੈ ਕੇ ਆਏ ਅਤੇ ਫਿਰ ਇਹਨਾਂ ਦੀ ਮਿਹਰਬਾਨੀ ਦੇ ਨਾਲ ਮਾਮਲਾ ਮਤਲਬ ਦਰਜ ਹੋਇਆ ਅਤੇ ਅੱਜ ਮੇਰੇ ਪਤੀ ਸਲਾਖਾਂ ਪਿੱਛੇ ਨੇ। ਮੈਂ ਕਹਿੰਦੀ ਦੇਖੋ ਕਿੰਨਾ ਹੈ ਨਾ ਆਪਣੇ ਦੇਸ਼ ਦੇ ਵਿੱਚ ਅੱਤਿਆਚਾਰ ਹੋ ਰਿਹਾ, ਆਪਣੀਆਂ ਬੱਚੀਆਂ ਸੁਰੱਖਿਆ ਨਹੀਂ ਹੈਗੀਆਂ, ਆਪਣਾ ਕੋਈ ਹੱਲ ਨਹੀਂ ਹੈਗਾ ਜਿਹੜਾ ਕਿ ਆਪਾਂ ਇਹਨਾਂ ਬੱਚਿਆਂ ਵਾਸਤੇ ਕੋਈ ਕਰ ਪਾਈਏ। ਅਤੇ ਚਲੋ ਮੈਨੂੰ ਇਹ ਵਿਚਾਰੀਆਂ ਆਈਆਂ ਦਰਬਾਰ ਸਾਹਿਬ, ਉੱਧਰੋਂ ਫੋਨ ਆਇਆ, ਮੈਂ ਉੱਥੇ ਗਈ। ਫਿਰ ਮੈਂ ਇਹਨਾਂ ਦੀ ਬਾਲ ਵਿਕਾਸ ਕਮੇਟੀ ਦੇ ਹੈਲਪ ਲਈ, ਫਿਰ ਇਹਨਾਂ ਨੂੰ ਉੱਥੇ ਖੜਿਆ, ਨਾਲੇ ਇਹਨਾਂ ਦੇ ਆਰਡਰ ਪਵਾ ਕੇ ਲਿਆਉਂਦੇ। ਅਤੇ ਇਹਨਾਂ ਦੀ ਮਦਦ ਦੇ ਨਾਲ ਮਨਪ੍ਰੀਤ ਕੌਰ ਨੇ ਬਹੁਤ ਮਦਦ ਇਹਨਾਂ ਦੀ ਕੀਤੀ ਬੀਬੀਆਂ ਦੀ, ਕਰਕੇ ਅਤੇ ਪਰਚਾ ਦਰਜ ਕਰਕੇ 2-3 ਘੰਟੇ ਵਿੱਚ ਹੀ ਉਹਨਾਂ ਨੇ ਸੁਰੱਖਿਆ ਦੇ ਅੰਦਰ ਦਿੱਤਾ। ਅਤੇ ਕੁੜੀਆਂ ਨੂੰ ਆਪਣੀ ਸੁਰੱਖਿਆ ਆਪ ਕਰਨੀ ਚਾਹੀਦੀ ਆ। ਹੁਣ ਅਸੀਂ ਬੈਠੇ ਹਾਂ, ਮੇਰੇ ਕੋਲ 50 ਕੁੜੀਆਂ ਆ, ਅਤੇ ਆਪਾਂ ਜਦੋਂ ਵੀ ਜਾਂਦੇ ਹਾਂ ਸ੍ਰੀ ਸਾਹਿਬ ਪਾਈ ਆ, ਆਪਾਂ ਬੰਦਿਆਂ ਵਾਂਗੂ ਰਹਿੰਦੇ ਹਾਂ, ਸ੍ਰੀ ਵੱਡੀ ਸ੍ਰੀ ਸਾਹਿਬ ਲੈ ਕੇ ਮੈਂ ਜਾਂਦੀ ਹਾਂ। ਪਹਿਲਾਂ ਤਾਂ ਪਹਿਰਾਵਾ ਹੀ ਆਪਣਾ ਬੱਚੇ ਬਦਲਣ, ਬੱਚਿਆਂ ਦਾ ਪਹਿਰਾਵਾ ਵੀ ਸਹੀ ਨਹੀਂ ਹੈਗਾ, ਅੱਧਾ ਨੰਗੇਜ ਆਪਾਂ ਲੈ ਕੇ ਤੁਰਦੇ ਹਾਂ ਜਦੋਂ ਬਾਹਰ, ਅਤੇ ਫਿਰ ਆਪਾਂ ਇਨਸਾਨਾਂ ਦੂਜਿਆਂ ਦਾ ਵੀ ਜ਼ਿਆਦਾ ਕਹਿੰਦੇ ਹਾਂ ਵੀ ਇਹ ਮੁੰਡਿਆਂ ਦਾ ਹੀ ਕਸੂਰ ਆ। ਇੱਥੋਂ ਤੱਕ ਆਪਣੇ ਆਪ 'ਤੇ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ। ਤਾਂ ਤਾਂ ਰੱਬ ਦਾ ਰੂਪ ਹੈ, ਮਾਂ ਪਿਓ ਤਾਂ ਰੱਬ ਦਾ ਰੂਪ ਹੁੰਦਾ ਹੈ, ਪਰ ਜੇ ਉਹਦੀ ਨੀਅਤ ਖਰਾਬ ਹੋ ਜਾਵੇ ਤਾਂ ਆਪਾਂ ਉਹਨੂੰ ਵੀ ਕੀ ਕਹਿ ਸਕਦੇ, ਉਹ ਵੀ ਮਾੜੀ ਗੱਲ ਆ, ਬਹੁਤ ਨਿੰਦਣਯੋਗ ਗੱਲ ਆ ਕਿ ਜਿਹੜੇ ਮਾਂ ਪਿਓ ਆਪ ਹੀ ਪਾਲ ਕੇ ਅਤੇ ਆਪ ਹੀ ਉਹਨਾਂ ਦੇ ਸ਼ਿਕਾਰੀ ਬਣ ਜਾਂਦੇ ਆ, ਇਹ ਆਪਾਂ ਨੂੰ ਗਲਤ ਗੱਲ ਲੱਗਦੀ ਹੈ। ਬਿਊਰੋ ਰਿਪੋਰਟ, ਦਸ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ, ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।